ਹੈਲੋ ਐਂਡ ਵੈਲਕਮ ਗਾਈਸ, ਕਿਵੇਂ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਤੇ ਗਾਈਸ ਆਪਾਂ ਵੀ ਪੂਰੇ ਘੈਂਟ ਆ। ਮੈਨੂੰ ਹੈਲੋ ਕਰ ਦੋ। ਹੈਲੋ ਤੇ ਮਿੱਤਰੋ, ਕਹਿੰਦੇ ਜਿਹੜੇ ਦਿਨ ਦੀ ਉਡੀਕ ਸੀਗੀ ਬਾਹਲੇ ਦਿਨਾਂ ਤੋਂ, ਉਹ ਦਿਨ ਆ ਗਿਆ ਤੇ ਤਿਆਰੀ ਫੁੱਲ ਹੋਲੇ ਮਹੱਲੇ ਦੀ। ਚੱਲਦੇ ਆ ਮਿੱਤਰੋ ਅੱਜ ਅਨੰਦਪੁਰ ਸਾਹਿਬ ਵੱਲ ਨੂੰ, ਅੱਜ ਚੱਲਦੇ ਅਨੰਦਪੁਰ ਸਾਹਿਬ ਵੱਲ ਨੂੰ, ਸਹੀ ਹੈ। ਤੇ ਬੋਰਡ ਬੂਰਡ ਲਾਤੇ ਆ, ਆ ਟਰਾਲੀ ਤੇ ਲਾ ਦੋ, ਵੀ ਚਪਕਾ ਦੋ ਯਾਰ, ਗੂੰਜ ਹੀ ਲਾ ਦੋ ਉਹਦੇ, ਮੈਂਟ ਮਾਰੋ। ਤੇ ਮਿੱਤਰੋ ਪਿੰਡ ਵਾਲੇ ਬੰਦੇ ਆਪਾਂ ਨੂੰ ਫੋਨ ਲਾਈ ਜਾਂਦੇ, ਬਈ ਆਜੋ ਟਰੈਕਟਰ ਲੈ ਕੇ ਚੱਲ ਗਏ। ਮੈਂ ਕਿਹਾ ਬਾਅਦ ਚੱਲਦੇ ਆ, ਮਾੜਾ ਮੋਟਾ ਕੰਮ ਰਹਿੰਦਾ ਸੀ ਉਹ ਨਿਬੇੜ ਲਗੇ। ਤੇ ਥੱਲੜ ਦੀਆਂ ਨਾ ਲਾਈਟਾਂ ਆਈਆਂ ਬੰਦ ਹੋ ਗਈਆਂ, ਪਤਾ ਨਹੀਂ ਕਾਹ ਤੋਂ ਜਾਂ ਟਰਾਲੇ ਦੀਆਂ। ਉਹ ਇੱਕ ਤਾਰ ਦੇਖੀ, ਇੱਕ ਵੱਡੀ ਪਈ ਸੀ, ਉਹ ਹੁਣ ਸੈੱਟ ਕੀਤੀਆਂ। ਤੇ ਆਹ ਬੋਰਡ ਲਾਉਣੇ ਆ ਹੁਣ, ਤੇ ਰੱਸਾ ਕਸਣ ਵਾਲਾ ਵੀ ਆ, ਆਹ ਵੀ ਇੱਥੇ ਉਹੀ ਆਰ ਚੀ ਜਿਹਾ ਬੰਨਿਆ ਵਾ ਸੀਗਾ। ਤੇ ਇਨਵੇਟਰ ਵੈਂਟਰ ਕਰਤਾ ਫਿੱਟ, ਓਕੇ ਆ ਰਿਪੋਰਟ ਬਸ ਠੀਕ ਆ, ਸੱਚ ਦਿਓ ਕੰਮ ਮਿੱਤਰੋ। ਤੇ ਬਾ ਹੈਪੀ ਮਿੰਟ ਮਾਰ ਮੁੜ ਕੇ ਟੰਗੀ ਆ ਸਾਈਡਾਂ ਵਾਲੇ ਬੋਰਡ ਜੀ। ਰਿਪੋਰਟ ਤੇ ਕਿਹੜਾ ਪਿੰਡੋ ਬੰਦੇ ਬਿਠਾ ਲਿਆਈਏ, ਬਾਈ ਪਿੰਡੋ ਬਿਠਾ ਲਿਆਈਏ, ਫਿਰ ਇੱਥੇ ਆਵਾਂਗੇ, ਇੱਥੋਂ ਬਿਠਾ ਕੇ ਬਿਠਾ ਕੇ। ਚਲੋ ਚੱਲ ਗਏ, ਚਲੋ ਚਲੋ ਯਾਰ, ਚਲੋ ਬਾਈ ਪਿੰਡ ਵਾਲੇ ਬੰਦੇ ਬਿਠਾ ਲਿਆ। ਓ ਬਈ ਗਾਈਸ ਹੁਣ ਚੱਲੇ ਆ ਪਿੰਡ, ਪਿੰਡੋਂ ਬੰਦੇ ਬਿਠਾ ਕੇ ਤੇ ਫਿਰ ਆਪਾਂ ਤੋੜ ਦੇਣਾ, ਠੀਕ ਹੈ ਨਾ। ਆ ਹੁਣ ਐਂ ਦਿਖਾਉਣ ਜਿਹੜਾ ਹੁੰਦਾ ਸਵਾਦ ਜਾ। ਲਓ ਬਈ ਗਾਈਸ, ਕਹਿੰਦੇ ਪਿੰਡ ਆ ਗਏ ਆ ਤੇ ਟਾਇਰਾਂ ਨੂੰ ਨਾ ਯਾਰ ਮਿੱਟੀ ਲੱਗ ਗਈ, ਉਹ ਉੱਥੇ ਚਿੱਕੜ ਕੀਤਾ ਪਿਆ ਭੈਣ ਨੇ। ਫਿਰ ਤੁਸੀਂ ਕਹਿੰਦੇ ਕਿ ਬਲੌਗ ਚ ਕੱਢਦਾ ਗਾਲਾਂ, ਫਿਰ ਗਾਲਾਂ ਇਹ ਜੇ ਮੇਰੇ ਸਾਲਿਆਂ ਨੂੰ ਨਿਕਲ ਜਾਂਦੀਆਂ ਬਈ, ਕੀ ਕਰੀਏ। ਭੈਣ ਇਹਨਾਂ ਨੇ ਪਾਣੀ ਉਹੀ ਛੜਕੇ ਪਿਆ, ਸੜਕ ਜੀ ਬਣਾਈ ਜਾਂਦੇ ਬਾਈ, ਜਿਹੜੇ ਪਤਾ ਨੀ ਕਿਹੜਾ ਮੈਪ ਨਿਕਲਦਾ ਕਿਹੜਾ ਰੋਡ ਨਿਕਲਦਾ ਕੁੜੀਆ ਵਾ। ਚਲੋ ਕੋਈ ਗੱਲ ਨੀ, ਹੋਰ ਕੰਮ ਠੀਕ ਆ ਕੋਈ ਨਾ, ਟਾਇਰਾਂ ਤੇ ਜਦੋਂ ਤੇਲ ਪਾਉਣ ਲੱਗੇ ਨਾ ਟੈਂਕੀ ਇਹਦੀ ਫੁੱਲ ਕਰਾਉਣ ਲੱਗੇ ਆਪਾਂ, ਉਦੋਂ ਪਾਣੀ ਮਾਰ ਲਾਂਗੇ ਪੈਟਰੋਲ ਪੰਪ ਤੇ, ਠੀਕ ਆ। ਬਾਕੀ ਕੰਮ ਓਕੇ ਆ ਸਾਰਾ, ਕਿਉਂ ਹੁਣ ਲੁੱਕ ਚੈੱਕ ਕਰੋ, ਲੁੱਕ ਚੈੱਕ ਕਰੋ ਮਿੱਤਰੋ, ਸਿਰਾ ਗੱਲਬਾਤ ਹੈ ਬਾਬੇ ਦੀ ਕਿਰਪਾ ਨਾਲ। ਤੇ ਟਰਾਲੇ ਦੇ ਸਾਈਡਾਂ ਤੇ ਵੀ ਆ ਲਾਤੇ ਬਾਈ, ਸਲਾਨਾ ਯਾਤਰਾ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਡੈਣਾਸੁਰ ਵਾਲੇ ਭਾਜੀ ਵਾ, ਕਿਆ ਬਾਤ ਹੈ, ਕਿਆ ਟਰਾਲਾ ਵੀ ਆਪਣੇ ਪਿੰਡੋਂ ਚੱਲਿਆ, ਸਿਰਾ ਓਕੇ ਆ ਕੰਮ। ਖਿੱਚ ਦੋ ਕੰਮ ਨੂੰ, ਚੱਲੇ ਸੈਟਾ ਸੈਟਾ ਸੈਟ ਆ ਗਏ, ਆ ਗਏ ਮਗਰ ਹੀ ਆ ਗਏ ਤੁਹਾਡੇ। ਲਓ ਬਾਈ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ। ਆਹ ਬੰਦੇ ਬਾਈ ਉਹ ਜਿਹੜੇ ਸਾਡੇ ਡੈਡੀ ਨਾਲ ਮੇਰੇ ਨਾਲ ਜਾਂਦੇ ਹੁੰਦੇ ਸੀ ਹਨਾ, ਹੁਣ ਜਾਂਦੇ ਨੀ ਸਾਡੇ ਨਾਲ, ਚੱਲ ਕੋਈ ਗੱਲ ਨੀ, ਲੰਘ ਜੂਗਾ। ਇਹਨੂੰ ਕਿਹੜਾ ਅੱਗ ਲੱਗੀ ਆ, ਦੀਂਦਾ ਨੀ ਇਹਨੂੰ, ਸੰਗਤਾਂ ਖੜੀਆਂ ਰਾਹ ਚ ਇਹਨੂੰ ਦੀਂਦਾ ਨੀ। ਚਲੋ ਬਾਈ ਮਿੱਤਰੋ, ਸੰਗਤਾਂ ਕਿਉਂ ਤਿਆਰ ਆ, ਫੁੱਲ ਕਿਵੇਂ ਆ। ਆ ਤਾਈ, ਆ ਤਾਈ ਨੂੰ ਵੀ ਬਹੁਤ ਜਾਣੇ ਜਾਂਦੇ, ਕਿਵੇਂ ਤਾਈ ਠੀਕ ਆ। ਖੜ ਜਾ ਥੱਲੇ ਨਾ ਜੀ, ਆ ਟਰੱਕ ਜਾਂ 100 ਤੇ ਆਉਂਦਾ। ਲਓ ਬਈ ਸੰਗਤ ਆਪਣੀਆਂ ਤੇ ਆ ਬਾਈ, ਹੌਲੀ ਆ ਜਾ ਯਾਰ, ਦੱਸ ਯਾਰ ਮੈਟਣ ਆਉਂਦਾ ਜਾਂਦਾ। ਚਲੋ ਬਈ ਮਿੱਤਰੋ, ਕਹਿੰਦੇ ਚੱਕਦਾ ਇੱਕ ਜਗਾਰਾ ਹੋਰ ਲਾ ਦਿਓ ਬਈ। ਲਓ ਬਈ ਸੰਗਤਾਂ, ਕਹਿੰਦੇ ਤਿਆਰ ਬਰ ਤਿਆਰ, ਤਿਆਰਾਂ ਓਕੇ ਆ ਬਸ ਸਹੀ ਆ, ਤਿਆਰ ਬਰ ਤਿਆਰ ਹੋ ਗਈਆਂ ਸੰਗਤਾਂ। ਤੇ ਇੱਕ ਬੰਦਾ ਰਹਿ ਗਿਆ ਸਾਡਾ ਆਉਣ ਵਾਲਾ, ਬਾਕੀ ਸਾਰੇ ਆ ਗਏ। ਆ ਨੂਰ ਰੋਡੇ, ਮੇਰੀ ਰੀਲ ਪਾ ਦੀ ਇਹਨੇ ਭਰਾਵਾ, ਮੈਨੂੰ ਕਮੈਂਟ ਆਈ ਜਾਣਾ ਕਹਿੰਦੇ ਬਾਈ ਤੇਰੀ ਵਾਲੀ ਰੀਲ ਚੱਕ ਕੇ ਪਾ ਦੀ। ਮੈਂ ਕਿਹਾ ਕੋਈ ਨਾ, ਆਪਣਾ ਹੀ ਬੰਦਾ ਵੀ,
ਮੈਂ ਕਿਹਾ ਨਹੀਂ ਤਾਂ ਆਪਾਂ ਫੜ ਲੈਂਦੇ ਸੰਗਤਾਂ ਆ ਗਈਆਂ ਬਈ ਸਾਰੀਆਂ ਤੇ ਰੀਲਾਂ ਹੁਣ ਰੀਲਾਂ ਬਣਾਉਣ ਤੇ ਚੱਲਿਆ ਉਹ ਵੀ ਆ ਗਿਆ ਚੱਲ ਚਲੋ ਬਈ ਚੱਲ ਗਏ ਆ ਜਾਣ ਕੇ ਮਿੰਟ ਮਾਰ ਬਹਿ ਜਾ ਸੰਗਤਾਂ ਆ ਗਈਆਂ ਸਾਰੀਆਂ ਤੇ ਬੋਲੋ ਜਕਾਰੇ ਤੇ ਚਲੋ ਚੱਲ ਗਏ ਸਹੀ ਆ ਤੇ ਤਰਪਾਲ ਤਰਪੂਲ ਕਰਤਾ ਸੈੱਟ ਰੱਬ ਨੂੰ ਕਿਹਾ ਸੀ ਮੈਂ ਕਿਹਾ ਯਾਰ ਧੁੱਪ ਕੱਢਤੇ ਤੇ ਰੱਬ ਨੇ ਵੀ ਧੁੱਪ ਕੱਢਤੀ ਸ਼ੁਕਰ ਆ ਬਾਬਾ ਮੰਨ ਲਈ ਸਾਡੀ ਤੇ ਚੱਲ ਗਏ ਫਿਰ ਜਗਾ ਰੋੜੇ ਚਲੋ ਟੈਂਕੀ ਕਰਾਈ ਇਹਦੀ ਫੁੱਲ ਆਪਣੇ ਨੈਣਾ ਸੁਰ ਦੀ ਤੇ ਵਿੱਚ ਮਗਲੈਲ ਨੀ ਹੋਰ ਜਗਾੜ ਲਿਆਂਦਾ ਪਾਉਣ ਨੂੰ ਪੈਟਰੋਲ ਆ ਨਾਈਟਰੋ ਪਾਉਣਾ ਨਾਈਟਰੋ ਇੱਥੇ ਕਰਾਵਾਂਗੇ ਮਿੱਤਰੋ ਟੈਂਕੀ ਫੁੱਲ ਦੋ ਹੋਣਗੀਆਂ ਨਾ ਲੱਗੀ ਆਉਣ ਜਾਣ ਦੇ ਕਾ ਕਹਿੰਦਾ ਪੌੜੀ ਫੜਨੀ ਔਖੀ ਆ ਬਾਈ ਵੇਖੀ ਯੂਟਿਊਬ ਤੇ ਕਿੰਨਾ ਕੁ ਪਾਈ ਦਾ ਜਿਹੜਾ ਚੀਜ਼ ਪਾਉਣ ਲੱਗਿਆ ਨਾ 140 ਪਲੱਸ ਮਗਲੈਲ ਨੀ ਗਾ ਇਹ ਐਵੇਂ ਮਗਲੈਲ ਨਾ ਕਹਿ ਦਿਓ ਇਹਨੂੰ ਭੂਤ ਜੀ ਤੇ ਬਸ ਮੁੱਕੀ ਮਾਰਨੀ ਆ ਨਾ ਚਾਚਾ ਲਗਾਤਾਰ ਹੀ ਬਈ ਲਾਈਨ ਵੱਜੀ ਜਾਂਦੀ ਆ ਅੱਜ ਤਾਂ ਟਰੈਕਟਰ ਦੀ ਟੀਟੀ ਲਾ ਲਈ ਫਿੱਟ ਆ ਬਈ ਸਾਰੇ ਜਾਣੇ ਕਹਿੰਦੇ ਤੁਸੀਂ ਤੇਲ ਪਵਾਓ ਤੇ ਅਸੀਂ ਫਿੱਟ ਆ ਜਾਗਾ ਰੋਡੇ ਨੂੰ ਫੋਨ ਕੀਤਾ ਆ ਗਿਆ ਸਹੀ ਆ ਓਕੇ ਦੀ ਰਿਪੋਰਟ ਆ ਕੰਮ ਦੁੱਲਣ ਨਾ ਦੇਈ ਚੰਗਾ ਹਿਲਾ ਕੇ ਜੇ ਪਵਾ ਲਈਆਂ ਪੀ ਓਏ ਤੇਲ ਯਾਰ ਤੁਸੀਂ ਗਲਤ ਸੋਚ ਰਹੇ ਹਾਲਤ ਪਹਿਲਾ ਬੋਲ ਆ ਗਿਆ ਮਿੱਤਰੋ ਪਹਿਲਾ ਬੋਲ ਹੋਰ ਸੈੱਟ
ਵਾਹ ਕੋਈ ਚੱਕਰ ਨੀ ਮਿੱਤਰੋ ਆ ਗਏ ਸਭ ਤੋਂ ਪਹਿਲਾਂ ਲੰਗਰ ਆਪਾਂ ਇੱਥੇ ਹੀ ਰੋਕਦੇ ਹੁੰਦੇ ਹਾਂ ਤੇ ਇਸ ਤੋਂ ਬਾਅਦ ਕਹਿੰਦੇ ਲੰਗਰ ਹੋ ਜਾਣੇ ਸਟਾਰਟ ਵਾਹ ਜੀ ਵਾਹ 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 ਸਾਲ ਹੋ ਗਿਆ ਭਰਾਵਾ ਡਿੱਕੀ ਜਾਂਦੇ ਆਹ ਦਿਨਾਂ ਨੂੰ ਤਾਂ ਲਓ ਬਈ ਗਾਈਸ ਕਹਿੰਦੇ ਆ ਗਏ ਪਹਿਲੇ ਲੰਗਰ ਤੇ ਇੱਥੇ ਰੋਕਦੇ ਹੁੰਦੇ ਸਭ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਲੰਗਰ ਕਹਿੰਦੇ ਸਟਾਰਟ ਹੋ ਜਾਣੇ ਆ ਪਕੌੜੇ ਜਲੇਬੀਆਂ ਟੈਨਸ਼ਨ ਲੈ ਹੈ ਵੀ ਤੈਨੂੰ ਮੈਂ ਸਾਰਾ ਕੁਝ ਖਵਾ ਦੇਣਾ ਜੂਸ ਰੋ ਗੰਨੇ ਦਾ ਸਹੀ ਆ ਆ ਬਾਈ ਆਪਣਾ ਰੇਟ ਆ ਅੱਛਾ ਉਹ 44 ਠੀਕ ਆ ਓਕੇ ਮਿੱਤਰੋ ਟਰੈਕਟਰ ਟਰੈਕਟਰ ਹੋਏ ਪਏ ਆ ਹੋਰ ਸੈਟਾਂ ਬਾਈ ਕਿਹੜਾ ਪਿੰਡ ਆਪਣਾ ਆਪਾਂ ਇਹ ਮੱਝ ਚੁਲਕੋ ਕੋਠੀ ਤੋਂ ਪੱਕੀ ਅੱਛਾ ਠੀਕ ਅੱਛਾ ਪਿੱਕੀ ਪਿੰਡ ਕੋਲੋਂ ਤੁਸੀਂ ਇੱਧਰ ਦੀ ਆਏ ਉੱਧਰ ਦੀ ਨਹੀਂ ਗਏ ਜਲੰਧਰ ਵਾਈ ਦੀ ਆਏ ਨਹੀਂ ਅਸੀਂ ਐਂ ਹੀ ਆਉਣੇ ਨੇ ਅੱਛਾ ਐਂ ਹੀ ਆਉਣੇ ਆ ਵਾਪਸੀ ਆਉਂਦੀ ਜਾਈਦਾ ਅੱਛਾ ਅੱਛਾ ਠੀਕ ਆ ਲਾ ਦੇ ਲਾ ਦੇ ਹੈਲੋ ਕਿਵੇਂ ਆ ਕਿਹੜਾ ਪਿੰਡ ਤੁਹਾਡਾ ਫਤਿਹਗੜ੍ਹ ਕਿਹੜਾ ਅੱਛਾ ਅੱਛਾ ਇੱਧਰ ਹੋਰ ਸੈੱਟ ਹੋ ਕਿਵੇਂ ਆ ਬਾਈ ਠੀਕ ਹੈ ਕਿਵੇਂ ਵੀਰੇ ਆ ਜਾਓ ਆਵੇ ਆ ਗਏ ਆ ਗਈ ਜੀ ਵਧੀਆ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਹੈ ਨਹੀਂ ਨਹੀਂ ਸਿੱਧਾ ਹੁਣ ਲਓ ਬਈ ਗਾਈਸ ਕਹਿੰਦੇ ਲੰਗਰ ਛਕਿਆ ਹੁੰਦਾ ਚਾਹ ਦੇ ਨਾਲ ਗੋਭੀ ਵਾਹ ਜੀ ਵਾਹ ਸਰਾ ਗੱਲ ਵਾਸਤੀ ਹੈ ਸਬਜ਼ੀ ਵਾਲੀ ਯਾਰ ਲੰਗਰਾਂ ਦੀ ਜਿਹੜੀ ਦਾਲ ਸਬਜ਼ੀ ਹੁੰਦੀ ਕਿੰਨੀ ਸਵਾਦ ਲੱਗਦੀ ਹੈ ਹਨਾ ਯਾਰ ਘਰੇ ਤਾਂ ਕਿਤੇ ਨੂਣ ਘੱਟ ਆ ਕਿਤੇ ਮਿਰਚ ਵੱਧ ਦਾ ਸਾਲਾ ਸਵਾਦ ਜਾਂ ਨਹੀਂ ਹੁੰਦਾ ਜਿਹੜੀ ਇੱਥੋਂ ਲੰਗਰਾਂ ਵਾਲੀ ਗੱਲਬਾਤ ਹੁੰਦੀ ਹੈਪੀ ਓਏ ਝੰਡੇ ਬੰਨ੍ਹ ਦਿਓ ਹਾਂ ਝੰਡੇ ਬੰਨ੍ਹ ਦਿਓ ਤੇ ਫਿਰ ਚੱਲ ਗਏ ਸਾਰਿਆਂ ਨੇ ਲੰਗਰ ਛਕਿਆ ਹੁੰਦਾ ਤੂੰ ਕਵੇਂ ਤਾੜੀਆਂ ਜੀ ਮਰੀ ਜਾਂਦਾ ਦੂਜੇ ਲੋੜ ਤਾਂ ਨਹੀਂ ਹੋ ਗਿਆ ਕੰਮ ਮਾਰ ਮਾਰੇ ਦੇ ਧੌਣ ਚ ਮਾਰ ਐਤਕੀ ਟਰੈਕਟਰ ਬਾਹਲੇ ਚੱਲੇ ਆ ਬਾਈ ਅੱਗੇ ਆ ਲੰਗਰ ਤੇ ਨਾ ਦੋ ਤਿੰਨ ਟਰੈਕਟਰ ਖੜੇ ਹੁੰਦੇ ਹੁਣ ਦੇਖ ਇੰਨੇ ਜਾਂਦੇ ਇੰਨੇ ਹੀ ਆ ਜਾਂਦੇ ਆ ਟਰੈਕਟਰ ਵੱਧ ਚੱਲਿਆ ਐਤਕੀ ਅੱਧੇ ਤਾਂ ਬਾਈ ਆਪਣੀਆਂ ਵੀਡੀਓ ਵੂਡੀਓ ਕਰਕੇ ਪਿਛਲੇ ਸਾਲ ਵਾਲੀਆਂ ਉਦੋਂ ਪਿਛਲੇ ਸਾਲ ਅਗਲਾ ਕਹਿੰਦਾ ਆਪਾਂ ਵੀ ਚੱਲ ਗਏ ਆ ਰੀਲਾ ਰੂਲਾ ਬਣਾਵਾਂਗੇ ਹਨਾ
ਮੈਂ ਨੀ ਹੰਬਦਾ।
ਗੇ ਬਈ ਦਰਾਹੇ ਪਹੁੰਚ ਗਏ ਤੇ ਲੰਗਰ ਤੇ ਰੁਕੇ ਆ। ਆ ਗਏ ਬਈ ਜੀ, ਆ ਗਏ ਬੱਚਿਆਂ ਦਾ ਹੱਥ ਫੜ ਕੇ ਰੋਡ ਕ੍ਰੋਸ ਕਰਾਉਣਾ ਮੇਰਾ ਵੀਰੇ। ਠੀਕ ਹੈ ਜੀ, ਚਾਹਦਾ ਬਹੁਤ ਹੈ। ਠੀਕ ਹੈ ਜੀ, ਪਹੁੰਚ ਗਏ ਬਈ ਲੰਗਰ ਤੇ। ਆ ਲੰਗਰ ਤੇ ਵੀ ਆਪਾਂ ਹਰੇਕ ਵਾਰੀ ਰੋਕਦੇ ਹੁੰਨੇ ਆ ਭਰਾਵਾਂ ਨਾਲ ਆਪਣੀ ਵਧੀਆ ਲਿਆ ਜਾ। ਤੇ ਬਾਕੀ ਜਿੰਨੇ ਵੀ ਲੰਗਰ ਆਪਾਂ ਸਾਰਿਆਂ ਤੇ ਰੁਕ ਕੇ ਜਾਂਦੇ, ਕਿਉਂਕਿ ਆ ਸਾਰੇ ਜਾਣਦੇ, ਵੀਡੀਓ ਦੇਖਦੇ ਆ, ਫਿਰ ਆਏ ਸਾਰੇ ਰੁਕ ਕੇ ਜਾਂਦੇ। ਕੀ ਹਾਲ ਆ ਲੱਖੀ ਗੋਲਡ ਸਮੇਤ ਮੇਰਾ ਜੀ, ਵਧੀਆ ਜੀ। ਹੋਰ ਬਾਈ ਸ਼ਕੋ ਮਿੱਤਰੋ, ਲੰਗਰ ਛਕੋ ਕਿਨਾ, ਦਾਲ ਚਟਨੀ ਤੇ ਰੋਟੀਆਂ ਵਾਜੀ ਵਾ, ਰਗੜਤੀਆਂ ਸਹੀ ਆ। ਖਾ ਕੇ ਲੰਗਰ ਲੁੰਗਰ ਛਕ ਕੇ ਜਮਾ ਔਖੇ ਹੋ ਕੇ ਚਾਹੂ ਪੀ ਕੇ ਤੇ ਤੁਰ ਪਈਆਂ ਸੰਗਤਾਂ। ਔਖੇ ਦੀ ਰਿਪੋਰਟ ਆ, ਹੁਣ ਖੜਾਂਗੇ ਬਾਈ ਗੁਰਦੁਆਰਾ ਸਾਹਿਬ। ਠੀਕ ਹੈ, ਤੇ ਆਪਾਂ ਰਾਮਤੇ ਰਾਮਤੇ ਹੁਣ ਨਜ਼ਾਰੇ ਨਾਲ ਜਾਣਾ, ਕਿਉਂਕਿ ਮਾਹੌਲ ਬਹੁਤ ਵਧੀਆ ਹੋ ਗਿਆ, ਅੱਖਣ ਦਾ ਵੇਲਾ ਹੋ ਗਿਆ, ਸਿਰਾ ਗੱਲਬਾਤ ਹੋ ਗਈ ਬਾਈ। ਹਾਂ, ਨਜ਼ਾਰਾ ਹੀ ਆ। ਲਓ ਬਾਈ ਮਿੱਤਰੋ, 90 ਕਿਲੋਮੀਟਰ ਰਹਿ ਗਿਆ ਅਨੰਦਪੁਰ ਸਾਹਿਬ, ਵਾਜੀ ਵਾ। ਰੋਪੜ ਰਹਿ ਗਿਆ 54 ਕਿਲੋਮੀਟਰ। ਆ ਗਏ ਬਸ, ਆ ਗਏ ਪਹੁੰਚਦਾ ਸੀ। ਅੱਜ ਵੀ ਜਾਵਾਂਗੇ ਪਰ ਅਸੀਂ ਬਾਈ ਕੱਲ ਨੂੰ ਜਾਵਾਂਗੇ, ਟੌਣ ਨਾ ਹੌਲੀ ਹੌਲੀ। ਹਾਂ, ਸਹਿਜ ਸਹਿਜ ਮੰਦੇ ਨਾਲ। ਲਓ ਵੀ ਮੁੰਡੇ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ। ਕਿਹੜਾ ਗੁਰਦੁਆਰਾ ਬਾਈ ਇਹ? ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ, ਛੇਵੇਂ ਪਾਤਸ਼ਾਹੀ ਦਾ। ਠੀਕ ਆ ਬਾਈ, ਛੇਵੇਂ ਪਾਤਸ਼ਾਹੀ ਦਾ ਗੁਰਦੁਆਰਾ। ਇੱਥੇ ਕਹਿੰਦੇ ਨਹਿਰ 'ਚ ਮੋੜ ਪਾਤਾ, ਪਰ ਗੁਰਦੁਆਰੇ ਦੀ ਜਗ੍ਹਾ ਮਿੱਤਰੋ ਗੁਰਦੁਆਰਾ ਸਾਹਿਬ, ਤੇ ਅੰਦਰ ਜਾ ਕੇ ਕਰਾਉਂਦੇ ਤੁਹਾਨੂੰ ਦਰਸ਼ਨ, ਤੇ ਅਸੀਂ ਆਪ ਵੀ ਕਰਦੇ ਹਾਂ। ਕਿਹੜਾ ਟਰੈਕਟਰ ਕੋਲੇ ਬੈਠੇ ਅਸੀਂ ਦੋਨੇ, ਮੈਂ ਤੇ ਚਾਚਾ, ਤੇ ਬਾਕੀ ਸਾਰੇ ਜਾਣੇ ਬੰਦੇ ਸਾਡੇ ਗਏ। ਮੈਂ ਕਿਹਾ ਪਹਿਲਾਂ ਤੁਸੀਂ ਮੱਥਾ ਟੇਕੋ, ਬਾਅਦ ਚੋਂ ਅਸੀਂ ਜਾਵਾਂਗੇ। ਤੇ ਇੱਥੇ ਬਾਈ ਅਰਗੇ ਵੀ ਸਾਰੇ ਚੱਲੇ ਆ, ਪਰ ਹਾਲੇ ਮੈਂ ਸਾਨੂੰ 4-5 ਖੜੇ ਆ, 3-4 ਤੁਰ ਵੀ ਗਏ ਬਾਈ। ਐਤਕੀ ਟਰੈਕਟਰ ਬਹੁਤ ਚੱਲੇ ਹਨਾ ਯਾਰ, ਬਾਹਲੇ ਜ਼ਿਆਦਾ ਟਰੈਕਟਰ ਚੱਲੇ ਆ। ਕਰੋ ਬਾਈ ਦਰਸ਼ਨ ਗੁਰਦੁਆਰਾ ਸਾਹਿਬ ਦੇ। ਵਾਹਿਗੁਰੂ ਮੇਰਾ ਮਾਲਕਾ, ਸੁੱਖ ਰੱਖੀ। ਤੁਹਾਨੂੰ ਪਤਾ ਆਪਾਂ ਅੰਦਰ ਨਹੀਂ ਵੀਡੀਓ ਬਣਾਉਂਦੇ ਹੁੰਦੇ, ਕਿਉਂਕਿ ਕਈ ਥਾਵਾਂ 'ਤੇ ਤਾਂ ਲਿਖਿਆ ਹੁੰਦਾ ਵੀਡੀਓ, ਪਰ ਬਣਾਉਣੀ ਵੀ ਨਹੀਂ ਚਾਹੀਦੀ ਅੰਦਰ, ਬਾਹਰੋਂ ਬਾਹਰੋਂ ਕਰ ਦਿਉ ਮਿੱਤਰੋ ਦਰਸ਼ਨ। ਲਓ ਬਾਈ ਗਾਈਸ, ਚਾਚਾ
ਦਰਸ਼ਨ ਕਰ ਲਏ ਤੇ ਹੁਣ ਚੱਲਦੇ ਆ ਅੱਗੇ ਗੁਰਦੁਆਰਾ ਸਾਹਿਬ। ਹੁਣ ਰੁਕਾਂਗੇ ਮਾਛੀ ਵਾਲਾ ਸਾਹਿਬ, ਹਨਾ। ਹੁਣ ਜੇ ਕੋਈ ਲੰਗਰ ਆਇਆ ਤਾਂ ਉੱਥੇ ਰੁਕ ਜਾਂਗੇ, ਤੇ ਨਹੀਂ ਤਾਂ ਉਸ ਤੋਂ ਬਾਅਦ ਬਈ ਮਾਛੀ ਵਾਲਾ ਸਾਹਿਬ ਸਿੱਧਾ ਚਲੋ ਬਈ। ਸਾਰੇ ਪੂਰੇ ਆਪਣੀ ਸੰਗਤ ਪੂਰੀ ਆ ਸਾਰੀ, ਬਸ ਚਲੋ ਬਈ। ਮਾਛੀ ਵਾੜਾ ਸਾਹਿਬ ਗੁਰਦੁਆਰਾ ਗਨੀ ਖਾਂ ਨਬੀ ਖਾਂ ਜਿਤਾਰਾ ਲਾ ਦੇ ਜਾਂਦਾ। ਲਓ ਬਈ ਪਹੁੰਚ ਗਏ ਮਾਛੀ ਵਾੜਾ ਸਾਹਿਬ ਤੇ ਐਟਰੈਕ ਕੀ ਬਾਲੇ ਜ਼ਿਆਦਾ ਯਾਰ। ਕਿਵੇਂ ਬਈ? ਵਧੀਆ ਵਧੀਆ ਵੀਰੇ। ਹੋਰ ਸੈਟ ਆ ਬਈ? ਕਿਹੜਾ ਪਿੰਡ ਤੁਹਾਡਾ ਵੀਰੇ? ਕਟਾਣੀ। ਕਟਾਣੀ ਇੱਥੋਂ ਨੇੜੇ ਹੀ ਆ ਹਨਾ? ਹਾਂਜੀ ਹਾਂਜੀ ਨੇੜੇ ਆ। ਜਾਣਾ ਆਨੰਦਪੁਰ ਸਾਹਿਬ? ਹਾਂਜੀ ਹਾਂਜੀ ਕੱਲ ਨੂੰ ਮਿਲਦੇ ਫਿਰ, ਮੈਂ ਨੰਬਰ ਲੈ ਲਿਆ ਤੁਹਾਡੇ ਨਾਲ ਬੋਬੀ ਦਾ। ਬਸ ਠੀਕ ਆ, ਕੱਲ ਨੂੰ ਮਿਲਦੇ ਆਪਾਂ। ਹੋਰ ਬਾਈ ਕਿਵੇਂ? ਕਿਹੜਾ ਪਿੰਡ ਤੁਹਾਡਾ? ਰੌਕੇ ਕਲਾਂ ਬਾਈ। ਆ ਕਿਹੜਾ ਕਿਹੜਾ ਆਪਣਾ ਬਾੜ ਗਿਆ। ਬਸ ਠੀਕ ਆ। ਅਬਾ ਕੱਲ ਤੋਂ ਜਾ ਗਿਆ ਤੂੰ, ਆ ਜਾ ਆ ਜਾ ਕਰੋ ਜੀ ਦਰਸ਼ਨ। ਵਾਹ ਗੁਰੂ ਮੇਰਾ ਮਾਲਕਾ, ਗੁਰਦੁਆਰਾ ਗਣੀ ਖਾਂ ਨਬੀ ਖਾਂ। ਟਾਈਮ ਬਾਈ 6 ਵੱਜ ਗਏ, 6 ਵੱਜ ਗਏ ਤੇ ਮਾਛੀ ਵਾਲਾ ਸਾਹਿਬ ਆ ਹਨਾ, ਤੇ ਹਜੇ ਅਸੀਂ ਇੱਦੂ ਗਾਂ ਅਗਲਾ ਗੁਰਦੁਆਰਾ ਇੱਕ ਹੋਰ ਆ, ਠੀਕ ਆ, ਉਦੂ ਗਾਂ ਬਾਈ ਲੰਗਰ। ਹਾਂ ਕੰਨੇ ਤੇ ਰਹੋ, ਲੰਗਰ ਵੀ ਆਉਣਾ ਨੇ ਤੇ। ਹੋਰ ਬਾਈ ਕਿਵੇਂ ਆ? ਵਾਹ ਵਧੀਆ। ਲਓ ਬਾਈ, ਕਹਿੰਦੇ ਬਾਈ ਨੇ ਮੋਟਰਸਾਈਕਲ ਤੇ ਲਿਖਾਇਆ ਬੈਠ ਜਾਣਾ ਉਧਰ ਵਾਲੇ। ਨਹੀਂ ਠੀਕ ਆ ਯਾਰ। ਕਿੱਥੋਂ ਕਿਹੜਾ ਪਿੰਡ ਤੇਰਾ? ਇੱਥੋਂ ਲੋਕਲ ਹੀ ਆ, ਮਾਛੀਵਾੜਾ ਦਾ। ਤਾਂ ਠੀਕ ਆ, ਓਕੇ ਯਾਰ, ਪੂਰਾ ਕੰਮ ਮਿੱਤਰਾ। ਆ ਗਏ ਬਾਈ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ, ਤੇ ਦਰਸ਼ਨ ਕਰ ਲਈਏ, ਮੱਥਾ ਟੇਕ ਕੇ ਇਦੂ ਬਾਅਦ ਸਿੱਧਾ ਖੜਾਂਗੇ। ਪਹਿਲਾਂ ਤਾਂ ਲੰਗਰ ਆਉਣੇ ਆ ਬਾਈ 2-3, ਇੱਕ ਤਾਂ ਗੰਨੇ ਦੇ ਰੋਹ ਦਾ ਆਉਣਾ, 1-2 ਹੋਰ ਤੁਹਾਨੂੰ ਪਤਾ ਪੱਕੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜਾਂਦੇ ਨੂੰ, ਫਿਰ ਪੱਕੇ ਲੰਗਰ ਪਤਾ ਹੀ ਆ ਕਿਹੜੀ ਕਿਹੜੀ ਹੁੰਦੀ ਆ, ਠੀਕ ਆ। ਉਦੂ ਬਾਅਦ ਚਮਕੌਰ ਸਾਹਿਬ ਜਾ ਕੇ ਸਿੱਧਾ ਰੁਕਾਂਗੇ, ਠੀਕ ਆ। ਅਤੇ ਹਨੇਰਾ ਹੋ ਹੀ ਗਿਆ ਯਾਰ, ਚਮਕੌਰ ਸਾਹਿਬ ਹੀ ਰਹਿ ਪਾਂਗੇ ਰਾਤ, ਬਾਕੀ ਆਪਾਂ ਨੂੰ ਕਾਹਲੀ ਨਹੀਂ ਕਿ ਅੱਜ ਹੀ ਜਾਣਾ ਆਨੰਦਪੁਰ ਸਾਹਿਬ। ਤੁਹਾਨੂੰ ਵੀ ਪਤਾ ਅੱਗੇ ਵੀ ਆਪਾਂ ਰਾਹ 'ਚ ਰੁਕਦੇ ਹੁੰਦੇ, ਅੱਜ ਵੀ ਰੁਕਾਂਗੇ, ਅਤੇ ਚਮਕੌਰ ਸਾਹਿਬ ਤਾੜੀ ਕੇ ਸਾਹਿਬ ਗੁਰਦੁਆਰਾ ਰੁਕਾਂਗੇ। ਕੱਲ੍ਹ ਨੂੰ ਚੱਲਾਂਗੇ, ਟੋਰ ਨਾ ਵਧੀਆ ਸੁਬਾਹ ਨਾ ਆਣੂਗੇ ਯਾਰ, ਕਿ ਨਹੀਂ ਚਾਚਾ? ਮੈਂ ਕਿਹਾ ਕੱਲ੍ਹ ਨੂੰ ਟੋਰ ਨਾ ਆਣੂਗੇ ਚੱਲਾਂਗੇ, ਆਪਾਂ ਨੂੰ ਕਿਹੜਾ ਕਾਹਲੀ ਹੈ ਯਾਰ। ਉਹੀ ਤਾਂ ਗੱਲ ਆ, ਟੋਰ ਨਾ ਵਧੀਆ ਨਾ ਆਣੂਗੇ ਚੱਲਾਂਗੇ ਸੁਬਾਹ, ਅਤੇ ਉੱਧਰੋਂ ਵੀ ਆਪਾਂ ਟੋਰ ਨਾ ਆਉਣਾ ਜੀ, ਸਾਰੇ ਵਿਹਲ ਪੈ ਗਈਆਂ ਜਮਾਂ ਜਦੋਂ ਵਿਹਲਾ ਪੈ ਗਈਆਂ ਕਹਿੰਦਾ ਉਦੋਂ ਆਉਣਾ। ਸਹੀ ਆ, ਚਲੋ ਕਰੋ ਬਾਈ ਦਰਸ਼ਨ ਗੁਰਦੁਆਰਾ ਚਰਨ ਕਮਲ ਸਾਹਿਬ। ਵਾਹ ਮੇਰਾ ਮਾਲਕਾ, ਸੁੱਖ ਰੱਖੀ ਯਾਰ। ਆਪਾਂ ਭਾਵੇਂ ਘਰੋਂ 10 ਵਜੇ ਤੁਰੀਏ, ਭਾਵੇਂ 12 ਵਜੇ, ਇੱਥੇ ਆਹ ਟਾਈਮ ਜਿਹਾ ਹੋ ਹੀ ਜਾਂਦਾ ਹਨਾ ਮਾਛੀਵਾੜਾ ਸਾਹਿਬ, ਹਨਾ ਚਾਚਾ? ਚੱਲੀਏ ਫਿਰ, ਹੁਣ ਜਾਣਾ ਆਪਾਂ ਸਿੱਧਾ ਚਮਕੌਰ ਸਾਹਿਬ। ਹੋਰ ਵੀਰੇ ਕੀ ਹਾਲ ਆ? ਚੱਲ ਠੀਕ ਆ ਬਾਈ, ਚਲੋ ਹਾਂਜੀ ਵੀਰੇ, ਆਜੋ ਆਜੋ। ਹੈਂ ਉਹ ਤਾਂ ਖਿੱਚ ਲੈਂਦੇ ਹਾਂ, ਚਲੋ ਕਹਿੰਦੇ ਜਗਾਰਾ ਲਾ ਦਿਓ। ਚੱਲਦੇ ਹਾਂ, ਹੁਣ ਸਿੱਧਾ ਰੁਕਾਂਗੇ ਚਮਕੌਰ ਸਾਹਿਬ ਜਿੱਥੇ ਆਪਾਂ ਰਹਿਣਾ ਹਨਾ। ਲੰਗਰ ਆ ਗਿਆ ਬਾਈ, ਲੰਗਰ ਰੁਕਾਂਗੇ ਬਾਈ, ਲੋ ਰੁਕਾਂਗੇ, ਟੈਨਸ਼ਨ ਨਾ ਲਓ ਬਾਈ, ਉੱਥੇ ਲਾ ਲੈਂਦੇ ਉੱਥੇ। ਥੈਂਕ ਯੂ, ਉੱਥੇ ਲਾਉਂਦੇ ਬਾਈ, ਉੱਥੇ ਲਾਉਂਦੇ।
ਬਸ ਠੀਕ ਆ, ਹੋਰ ਸੈਟਾਂ ਉੱਥੇ ਲਾਉਂਦੇ ਬਾਈ ਰੋਕ, ਲੰਗਰਾਂ ਦੇ ਸਾਨੂੰ ਟੈਨਸ਼ਨ ਨਾ ਲਿਆ ਕਰੋ, ਅਸੀਂ ਆਪ ਹੀ ਰੋਕ ਲੈਂਦੇ ਹੁੰਦੇ ਹਾਂ, ਬਾਲਾ ਜ਼ੋਰ ਨਾ ਪਾਇਆ ਕਰੋ, ਅਸੀਂ ਆਪ ਹੀ ਰੋਕ ਜਾਂਦੇ ਹੁੰਦੇ ਹਾਂ ਐਵੇਂ ਆ ਇੱਥੇ ਲਾਉਂਦੇ ਹਾਂ ਤੇ ਗਾਂਹ ਲਾ ਲਈਏ, ਗਾਂਹ ਲਾ ਲੈਂਦੇ ਹਾਂ, ਅੱਗੇ ਲਾ ਲੈਂਦੇ ਹਾਂ, ਪਿਛਲੀ ਵਾਰੀ ਵੀ ਰੋਕ ਕੇ ਗਿਆ ਜੀ, ਹਰੇਕ ਵਾਰੀ ਰੋਕ ਕੇ ਜਾਂਦੇ ਹੁੰਦੇ ਹਾਂ, ਹਾਂ ਇੱਥੇ ਤਾਂ ਰੋਕਦੇ ਹੀ ਰੋਕਦੇ ਹਾਂ, ਪਕੌੜੇ ਚੱਲੀ ਜਾਂਦੇ ਚਾਚੀਆ ਬਾ, ਇੱਥੇ ਰੋਕ ਲੈਂਦੇ ਹਾਂ ਆਨੇ ਕਦੋਂ ਬਾਹਰ ਆ ਗਏ, ਹੋ ਠੀਕ ਹੋ, ਠੀਕ ਹੈ ਠੀਕ ਹੈ ਬਾਈ, ਠੀਕ ਹੈ ਬਾਈ, ਹੋ ਠੀਕ ਹੈ, ਹੋ ਠੀਕ ਹੋ ਸਾਰੇ ਜਣੇ, ਵਾਹ ਜੀ ਵਾਹ, ਪਕੌੜੇ ਤੇ ਚਾਹ ਮੇਰਾ ਗੱਲ ਬਾਤ ਆ, ਚਾਚਾ ਜਲੇਬੀਆਂ ਡੀਕੀ ਨਾ ਕੇ ਖੀਰ ਡੀਕਦਾ, ਆਰ ਪਾਰ ਹੀ ਹੈ ਬਾਈ, ਇੰਨਾ ਕੁ ਪਿਆਰ ਕਰਦੇ ਆ ਨਾ ਡੈਨਾਸੌਰ ਨੂੰ ਸਾਰੇ ਜਾਣੇ ਯਾਰ, ਬਸ ਪੁੱਛੋ ਬਲੌਗ ਚ ਲੈ ਲਈਏ ਪਹਿਲਾਂ ਸਾਰਿਆਂ ਨੂੰ, ਫੋਟੋ ਸਾਰੇ ਜਾਣੇ ਹੋਰ, ਫਿਰ ਬਾਈ ਤੈਨੂੰ ਬਲੌਗ ਚ ਲੈਣਾ, ਬਲੌਗ ਚ ਹੋਰ ਬਾਈ ਠੀਕ ਹੋ ਸਾਰੇ ਜਾਣੇ, ਬਸ ਠੀਕ ਹੈ ਠੀਕ ਹੈ ਜੀ, ਬਸ ਠੀਕ ਹੈ, ਚਲੋ ਠੀਕ ਹੈ ਬਾਈ, ਬਾਏ, ਸਤਿ ਸ੍ਰੀ ਅਕਾਲ, ਅਗਲੀ ਵਾਰੀ ਮਿਲਾਂਗੇ ਠੀਕ ਆ, ਉਹ ਰੌਲਾ ਨਾ ਕਿਹੜਾ ਪਿੰਡ ਤੁਹਾਡਾ ਬਾਈ, ਅੱਛਾ ਇੱਥੇ ਨੇੜੇ ਆ, ਠੀਕ ਆ ਠੀਕ, ਇੱਥੇ ਤਾਂ ਰੋਕਦੇ ਹੁੰਦੇ ਆ, ਰੋਹ ਤਾਂ ਪੀਕੇ ਜਾਂਦੇ ਹੁੰਦੇ ਆ, ਠੀਕ ਨਾ ਨਾ ਭਰਾ ਤੁਸੀਂ ਆਪਣੇ, ਹੋਰ ਸੈੱਟ ਆ ਬਾਈ, ਥੈਂਕ ਯੂ ਬਾਈ, ਹਾਂ ਹਾਂ ਆਨੰਦਪੁਰ ਸਾਹਿਬ ਮਿਲਦੇ ਆ, ਉਹ ਠੀਕ ਹੋ ਬਾਈ, ਓਕੇ ਭਰਾ, ਤੇ ਮਿੱਤਰੋ ਆ ਕੇ ਕਹਿੰਦੇ ਨਹਿਰ ਤੇ ਗੰਨੇ ਦੇ ਰੋਹ ਦਾ ਲੰਗਰ, ਵਾਹ ਜੀ ਵਾਹ, ਤੇਰਾ ਗੱਲ ਬਾਤ ਹੈ ਵਧੀਆ ਜੀ ਵਧੀਆ, ਗੰਨੇ ਦੇ ਰੋਹ ਦਾ ਲੰਗਰ, ਇੱਥੇ ਤਾਂ ਆਪਾਂ ਦੋ ਦੋ ਗਲਾਸ, ਇੱਥੇ ਤਾਂ ਰੁਕਣਾ ਹੀ ਰੁਕਣਾ ਹੁੰਦਾ, ਭਾਵੇਂ ਇੱਕ ਗਲਾਸ ਪੀਏ ਭਾਵੇਂ ਦੋ ਗਲਾਸ ਪੀਏ, ਇੱਥੇ ਤਾਂ ਆਪਣਾ ਪੱਕਾ, ਇੱਥੇ ਤਾਂ ਰੁਕ ਕੇ ਜਾਣਾ ਹੀ ਜਾਣਾ, ਕਿਉਂ ਐਵੇਂ ਆ, ਚਲੋ ਜੀ ਵਾਹ ਜੀ, ਪੀਓ ਮਿੱਤਰੋ ਗੰਨੇ ਦਾ ਰੋਹ, ਵਾਹ ਜੀ ਵਾਹ, ਆਹ ਦਿਨ ਯਾਰ ਸਾਲ ਬਾਅਦ ਆਉਂਦੇ ਆ, ਪਰ ਇਹਨਾਂ ਦੀ ਵੇਟ ਬਾਹਲੀ ਹੁੰਦੀ ਹੈ ਹਨਾ, ਅੱਜ ਦਾ ਦਿਨ ਉਹੀ ਛੇਤੀ ਛੇਤੀ ਲੰਘ ਗਿਆ ਹਨਾ, ਆਹ ਦਿਨ ਆਏ ਹੋਣ ਕਿ ਦੋਵਾਂ ਤਿੰਨਾਂ ਦਿਨਾਂ ਦਾ ਇੱਕ ਦਿਨ ਹੋਵੇ, ਫੇਰ ਗੱਲਬਾਤ ਆ, ਕਹਿੰਦੇ ਰੋਡੇ ਵਾਲੇ ਕਿੱਥੋਂ ਉੱਥੇ ਆਉਂਦੇ ਆ, ਅੱਛਾ ਅੱਛਾ ਅੱਛਾ, ਸੇਵਾ ਵੀ ਕਰ ਰਹੇ ਨੇ ਮੁੰਡੇ ਸਾਡੇ ਜੱਗਾ ਰੋਡੇ, ਬੰਦੇ ਆ ਗਏ ਆਪਣੇ ਸਾਰੇ ਸੰਗਤ ਆ ਗਈ ਸਾਰੀ, ਚਕਾਰਾ ਲਾ ਦੇ ਚਾਚਾ ਫਿਰ ਇੱਕ, ਗੰਨੇ ਦਾ ਰੋਹ ਪੀ ਕੇ ਸੰਗ ਦਾ ਤਿਆਰ ਬਸ ਤਿਆਰ ਹੋ ਗਈਆਂ, ਓਕੇ ਆ, ਸਤਿ ਸ੍ਰੀ ਅਕਾਲ, ਓਏ ਰੋਡਿਆਂ ਵਾਲੇ ਆ ਤੇ ਆਪਣੇ ਬੰਦੇ ਬਾਈ, ਸਾਰੇ ਆਪਣੇ ਪਿੰਡ ਵਾਲੇ ਹੀ ਆ, ਚਾਰ ਪੰਜ ਟ੍ਰੈਕਟਰ ਆਪਣੇ ਬਾਈ, ਘੱਟੋ ਘੱਟ ਨਾ ਸਾਡੇ ਪਿੰਡੋਂ ਹਾਂ ਬਾਲੇ ਆ, ਬਾਲੇ ਟ੍ਰੈਕਟਰ ਆਏ ਆਪਣੇ ਪਿੰਡੋਂ ਦਾ ਐਤਕੀ,
ਛੇਤੀ ਜਾ ਕੇ ਪੈਣਾ ਮੈਂ ਲੱਗ ਜਾਂਦਾ ਨਹੀਂ ਮੈਂ ਜੰਗਲੀ ਜਾਂਦਾ ਹੁਣੇ ਮੋਟਰਸਾਈਕਲ ਤੇ ਆਏ ਬਾਈਆਂ ਦੇ ਲੰਗਰ ਤੇ ਨੀ ਰੁਕਿਆ ਗਿਆ ਸੋਰੀ ਯਾਰ ਪਤਾ ਨੀ ਲੱਗਿਆ ਹਾਂ ਮੁੜਦੇ ਹੋਏ ਸਹੀ ਪੱਕਾ ਚਲੋ ਠੀਕ ਆ ਬਾਈ ਸਾਰਿਆਂ ਨੂੰ ਓਕੇ ਵੈਲਕਮ ਵੈਲਕਮ ਵੀਰੇ ਕੀ ਹਾਲ ਚਾਲ ਆ ਹੋਰ ਸੈੱਟ ਹੋ ਵਧੀਆ ਵਧੀਆ ਹੋਰ ਭਰਾ ਸੈੱਟ ਬਾਈ ਆਪਾਂ ਨੂੰ ਉਡੀਕੀ ਜਾਂਦੇ ਬਾਈ ਕਹਿੰਦੇ ਸੁਬਾਹ ਉਡੀਕੀ ਜਾਂਦੇ ਮੈਂ ਕਿਹਾ ਆ ਗਏ ਫਿਰ ਆਪਾਂ ਹਰੇਕ ਲੰਗਰ ਅਟੈਂਡ ਕਰਦੇ ਜਾਣਾ ਕਿਉਂਕਿ ਲੰਗਰ ਵਾਲੇ ਨਾ ਵਿਚਾਰੇ ਆਪਾਂ ਨੂੰ ਉਡੀਕੀ ਜਾਂਦੇ ਆ ਇਹ ਸੰਗਤ ਨੂੰ ਹੀ ਉਡੀਕਦੇ ਹੁੰਦੇ ਆ ਬਾਈ ਠੀਕ ਆ ਤੇ ਸਾਲ ਬਾਅਦ ਜੇ ਆਪਾਂ ਹੀ ਇੱਥੇ ਰੇਸਾਂ ਮਰਾਮ ਨਾਲ ਲੰਘ ਜੀ ਐਵੇਂ ਨਹੀਂ ਚੰਗਾ ਲੱਗਦਾ ਹਰੇਕ ਲੰਗਰ ਤੇ ਰੁਕਣਾ ਚਾਹੀਦਾ ਕਿਉਂਕਿ ਇਹ ਵੀ ਆਪਾਂ ਨੂੰ ਉਡੀਕਦੇ ਆ ਬਾਈ ਸਹੀ ਹੈ ਨਾ ਲੱਗੇ ਬਾਈ ਲੰਗਰ ਮੈਂ ਕਿਹਾ ਸਾਰੇ ਅਟੈਂਡ ਕਰਦੇ ਜਾਵਾਂ ਆਪਾਂ ਪਾਣੀ ਪੀ ਲਓ ਹਾਂ ਭਾਵੇਂ ਪਾਣੀ ਪੀ ਕੇ ਜਾਓ ਯਾਰ ਰੁਕੋ ਜ਼ਰੂਰ ਚਲੋ ਬਾਈ ਮਿੱਤਰੋ ਚੱਲਦੇ ਆ ਚਲੋ ਠੀਕ ਹੈ ਜੀ ਓਕੇ ਜੀ ਓਕੇ ਬਾਈ ਜੀ ਚਮਕੌਰ ਸਾਹਿਬ ਤੇ ਇੱਥੇ ਹੀ ਰੁਕਾਂਗੇ ਅੱਜ ਰਾਤ ਨੂੰ ਕੱਲ੍ਹ ਨੂੰ ਸੁਬਾਹ ਜਾਵਾਂਗੇ ਆਨੰਦਪੁਰ ਸਾਹਿਬ ਅਤੇ ਟਰੈਕਟਰ ਲਾ ਲਿਆ ਹੁਣ ਢਾਕ ਢੁਕ ਲੈਂਦੇ ਹਾਂ ਕਿਰਾਂ ਘਰਦਿਆਂ ਨੂੰ ਦੇਖੀਏ ਕੀ ਮਾਹੌਲ ਚਾਲ ਆ ਕੀ ਹਾਲ ਚਾਲ ਆ ਬਾਈ ਕਿਹੜਾ ਪਿੰਡ ਤੁਹਾਡਾ ਇਹ ਕਿੱਥੇ ਜੇ ਆ ਅੱਛਾ ਤਰਨ ਤਾਰਨ ਤੁਸੀਂ ਇੱਧਰ ਦੀ ਆਉਂਦੇ ਹੁੰਦੇ ਜਲੰਧਰ ਵਜਦੇ ਨਹੀਂ ਜਾਂਦੇ ਚੱਲ ਕੋਈ ਨਾ ਹੁਣ ਜਿੰਨੀਆਂ ਮਰਜ਼ੀ ਫੋਟੋਆਂ ਕਰ ਲਈਏ ਆਪਾਂ ਹੋਰ ਠੀਕ ਹੋ ਬਾਈ ਸਾਰਿਆਂ ਨੇ ਬਸ ਠੀਕ ਆ ਮਿੱਤਰੋ ਦੇਖੋ ਟਰਾਲਾ ਵੀ ਜਾਗਦਾ ਆਪਣਾ ਤੁਹਾਨੂੰ ਟੌਕੇ ਆ ਕੰਮ ਮੈਂ ਤਾਂ ਲਾਈਟਾਂ ਬੰਦ ਕੀਤੀਆਂ ਸੀ ਪਰ ਬਾਲੇ ਜਾਣੇ ਆ ਗਏ ਨਹੀਂ ਕਹਿੰਦੇ ਬਾਈ ਬਣ ਕੇ ਲਾਈਟਾਂ ਜਗਾਓ ਯਾਰ ਫੋਟੋਆਂ ਖਿੱਚੀਆਂ ਮੈਂ ਕਿਹਾ ਖਿੱਚ ਲਓ ਬਾਈ ਇਨਵੇਟਰ ਚਾਰਜ ਲਾ ਦਿਓ ਆਪਣਾ ਹਾਂ ਹਾਂ ਤੂੰ ਫੋਟੋ ਕਰਾਉਣੀ ਹੈ 500 ਰੁਪਏ ਇੱਕ ਫੋਟੋ ਦਾ ਬਾਈ ਕੈਸ਼ ਓਨਲੀ ਲਓ ਬਾਈ ਗਾਈਸ ਚਮਕੌਰ ਸਾਹਿਬ ਪਹੁੰਚ ਗਿਆ ਤੇ ਬਾਕੀ ਚਲੋ ਠੀਕ ਹੈ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕੱਲ ਨੂੰ ਆਨੰਦਪੁਰ ਸਾਹਿਬ ਪਹੁੰਚ ਜਾਣਾ ਸਾਰੇ ਵਲੌਗ ਆਉਣਗੇ ਮਿੱਤਰੋ ਸਵੇਰ 7 ਵਜੇ ਆਇਆ ਕਰਨਗੇ ਔਖੇ ਸੌਖੇ ਜਿੱਥੋਂ ਮਰਜ਼ੀ ਅਪਲੋਡ ਕਰੀਏ ਹਨਾ ਮੈਂ ਤੇ ਚਾਚਾ ਸੀ ਦੋਨੇ ਜਾ ਕੇ ਉੱਥੇ ਵਾਈਫਾਈ ਤੇ ਕਰਾਇਆ ਕਰਾਂਗੇ ਹਨਾ ਤੇ ਇੱਥੇ ਤਾਂ ਆਪਣੇ ਨੈੱਟ ਤੋਂ ਹੀ ਕਰਨਾ ਪੈਣਾ ਵਾ ਚਲੋ ਠੀਕ ਹੈ ਮਿੱਤਰੋ ਮੈਕੂ ਬਾਏ ਬਾਏ ਮਿੱਤਰੋ ਬਾਏ ਬਾਏ